ਜੇਕਰ ਤੁਸੀਂ ਵੀ ਅੱਜ ਘਰ ਤੋਂ ਬਾਹਰ ਨਿਕਲ ਰਹੇ ਹੋ ਤਾਂ ਇਹ ਖਬਰ ਜ਼ਰੂਰ ਸੁਣ ਕੇ ਜਾਇਓ, ਕਿਤੇ ਤੁਹਾਨੂੰ ਵੀ ਨਾ ਖੱਜਲ ਖੁਆਰ ਹੋਣਾ ਪਵੇ। ਤਾਂ ਦੱਸ ਦਈਏ ਕਿ ਅੱਜ ਕਿਸਾਨਾਂ ਦੇ ਵੱਲੋਂ ਧਰਨੇ ਦੇ ਉੱਤੇ ਬੈਠਣ ਦਾ ਐਲਾਨ ਕਰ ਦਿੱਤਾ ਗਿਆ। 4 ਘੰਟੇ ਦੇ ਲਈ ਚੱਕਾ ਜਾਮ ਕਰਨ ਦੀ ਕਾਲ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਵੱਖ ਵੱਖ ਥਾਵਾਂ ਦੇ ਉੱਤੇ ਚੱਕਾ ਜਾਮ ਜੋ ਹੈ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ। ਅੱਜ ਦੇਸ਼ ਭਰ 'ਚ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ 60 ਥਾਵਾਂ ਦੇ ਉੱਤੇ ਰੇਲਾਂ ਰੋਕੀਆਂ ਜਾਣਗੀਆਂ। ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਜੋ ਹੈ ਉਹ ਕੀਤਾ ਜਾਵੇਗਾ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਦੇ ਵਿੱਚ ਟਰੈਕ ਦੇ ਉੱਤੇ ਕਿਸਾਨ ਬੈਠਣਗੇ, ਅਤੇ ਇਸ ਤੋਂ ਇਲਾਵਾ ਮੋਹਾਲੀ, ਮਲੇਰਕੋਟਲਾ, ਸ਼੍ਰੀ ਫਤਿਹਗੜ੍ਹ ਸਾਹਿਬ, ਸਰਹੰਦ ਦੇ ਵਿੱਚ ਵੀ ਜੋ ਟਰੈਕ ਨੇ ਉਹ ਕਿਸਾਨਾਂ ਦੇ ਵੱਲੋਂ ਜਾਮ ਕੀਤੇ ਜਾਣਗੇ। ਤਾਂ ਜੇਕਰ ਤੁਸੀਂ ਵੀ ਰੇਲ ਰਾਹੀਂ ਸਫ਼ਰ ਕਰਨ ਜਾ ਰਹੇ ਹੋ ਤਾਂ ਤੁਸੀਂ ਵੀ ਸਾਵਧਾਨ ਹੋ ਜਾਓ, ਕਿਉਂਕਿ ਤੁਹਾਨੂੰ ਵੀ ਨਾ ਕਿਤੇ ਖੱਜਲ ਖੁਆਰ ਹੋਣਾ ਪਵੇ। ਤਾਂ ਦੱਸ ਦਈਏ ਕਿ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਰੇਲਵੇ ਦੇ ਟਰੈਕਾਂ ਉੱਪਰ ਵਾਪਸੀ ਕਰ ਰਹੇ ਨੇ। 4 ਘੰਟੇ ਦੇ ਲਈ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਸੁਣ ਸਕੇ। ਤਾਂ ਦੱਸ ਦਈਏ ਕਿ ਮਾਨਸਾ, ਪਟਿਆਲਾ, ਪਠਾਨਕੋਟ, ਲੁਧਿਆਣਾ ਦੇ ਵਿੱਚ ਵੀ ਕਿਸਾਨ ਬੈਠਣਗੇ। ਤਾਂ 13 ਫਰਵਰੀ ਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਜਿੱਥੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਸਖ਼ਤ ਬੈਰੀਕੇਡਿੰਗ ਕਰਕੇ ਹਰਿਆਣਾ ਦੇ ਬੋਰਡਰਾਂ ਦੇ ਉੱਤੇ ਕਿਸਾਨਾਂ ਨੂੰ ਰੋਕ ਲਿਆ ਗਿਆ ਸੀ। ਹਾਲਾਂਕਿ ਕਈ ਕਿਸਾਨ ਇਸ ਅੰਦੋਲਨ ਦੇ ਵਿੱਚ ਵੀ ਸ਼ਹੀਦ ਹੋਏ ਨੇ, ਅਤੇ ਹੁਣ ਇੱਕ ਵਾਰ ਫਿਰ ਤੋਂ ਕੇਂਦਰ ਨੂੰ ਜਗਾਉਣ ਦੇ ਲਈ ਰੇਲਾਂ ਰੋਕੀਆਂ ਜਾ ਰਹੀਆਂ ਨੇ। ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਦੇਵੀਦਾਸਪੁਰਾ, ਰਈਆ, ਕੱਥੂ ਨੰਗਲ, ਜੈਤੀਪੁਰ, ਕੋਟਲਾ, ਗੁੱਜਰਾਂ, ਜਹਾਂਗੀਰ, ਪੰਧੇਰ ਫਾਟਕ, ਰਾਮਦਾਸ, ਵੇਰਕਾ ਦੇ ਕੋਲ ਜੋ ਹੈ ਰੇਲਵੇ ਟਰੈਕ ਦੇ ਉੱਤੇ ਕਿਸਾਨ ਬੈਠਣਗੇ। ਇਸ ਦੇ ਨਾਲ ਹੀ ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ, ਬਟਾਲਾ, ਗੁਰਦਾਸਪੁਰ, ਫਤਿਹਗੜ੍ਹ, ਚੂੜੀਆਂ ਦੇ ਵਿੱਚ ਵੀ ਕਿਸਾਨ ਜੋ ਨੇ ਉਹ ਟਰੈਕ ਦੇ ਉੱਤੇ ਬੈਠਣਗੇ। ਇਸੇ ਤਰ੍ਹਾਂ ਤਰਨ ਤਾਰਨ ਦੇ ਖਡੂਰ ਸਾਹਿਬ, ਤਰਨ ਤਾਰਨ, ਪੱਟੀ, ਹੁਸ਼ਿਆਰਪੁਰ ਦੇ ਟਾਂਡਾ, ਦਸੂਹਾ, ਹੁਸ਼ਿਆਰਪੁਰ, ਜਲੰਧਰ, ਫਿਲੌਰ, ਫਗਵਾੜਾ, ਜਲੰਧਰ ਕੈਂਟ, ਕਪੂਰਥਲਾ ਦੇ ਵਿੱਚ ਲੋਈਆਂ, ਸੁਲਤਾਨਪੁਰ ਲੋਧੀ, ਫਿਰੋਜ਼ਪੁਰ ਦੇ ਵਿੱਚ ਬਸਤੀ ਟੈਂਕਾਂ ਵਾਲੀ, ਗੁਰੂ ਹਰ ਸਹਾਏ, ਮੱਖੂ ਅਤੇ ਮੱਲਾਂਵਾਲਾ ਦੇ ਵਿੱਚ ਕਿਸਾਨ ਟਰੈਕਾਂ ਦੇ ਉੱਤੇ ਬੈਠਣਗੇ। ਤਾਂ ਇਸ ਦੇ ਨਾਲ ਹੀ ਫਰੀਦਕੋਟ, ਜੈਤੋ ਅਤੇ ਫਰੀਦਕੋਟ ਸਟੇਸ਼ਨ, ਮੋਗਾ, ਬਾਘਾ ਪੁਰਾਣਾ ਅਤੇ ਮੋਗਾ ਸਟੇਸ਼ਨ ਦੇ ਵਿੱਚ ਵੀ ਕਿਸਾਨ ਜੋ ਨੇ ਆਪਣਾ ਧਰਨਾ ਪ੍ਰਦਰਸ਼ਨ ਕਰਨਗੇ। ਇਸੇ ਤਰ੍ਹਾਂ ਮਲੇਰਕੋਟਲਾ ਦੇ ਅਹਿਮਦਗੜ੍ਹ, ਮਾਨਸਾ ਦੇ ਬੁਢਲਾਡਾ, ਮਾਨਸਾ ਸਟੇਸ਼ਨ, ਪਟਿਆਲਾ ਦੇ ਪਟਿਆਲਾ ਸਟੇਸ਼ਨ, ਸੁਨਾਮ, ਸ਼ੰਭੂ, ਮੋਹਾਲੀ ਦੇ ਵਿੱਚ ਕੁਰਾਲੀ, ਖਰੜ ਅਤੇ ਲਾਲੜੂ, ਪਠਾਨਕੋਟ ਦੇ ਵਿੱਚ ਦੀਨਾਨਗਰ, ਲੁਧਿਆਣਾ ਦੇ ਵਿੱਚ ਸਮਰਾਲਾ, ਮੁੱਲਾਪੁਰ, ਜਗਰਾਉਂ, ਫਤਿਹਗੜ੍ਹ ਸਾਹਿਬ ਦੇ ਸਰਹੰਦ ਦੇ ਵਿੱਚ, ਰੋਪੜ ਦੇ ਮੋਰਿੰਡਾ ਦੇ ਵਿੱਚ ਸੰਗਰੂਰ ਦੇ ਸੰਗਰੂਰ ਸਟੇਸ਼ਨ, ਬਰਨਾਲਾ ਦੇ ਵੀ ਬਰਨਾਲਾ ਸਟੇਸ਼ਨ। ਤਾਂ ਇਸੇ ਤਰ੍ਹਾਂ ਕਰੀਬ ਪੰਜਾਬ ਦੇ ਵਿੱਚ 60 ਥਾਵਾਂ ਦੇ ਉੱਤੇ ਜੋ ਹੈ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ।